ਅੱਜ ਤੋਂ ਕੁਛ ਦਿਨ ਪਹਿਲਾਂ ਮੈਂ ਆਮ ਆਦਮੀ ਪਾਰਟੀ ਸੰਜੇ ਸਿੰਘ ਦੇ ਕੇਸ 'ਚ ਪੇਸ਼ ਹੋਇਆ ਸਾਂ, ਜਿਹਦੇ 'ਚ ਅਰਵਿੰਦ ਕੇਜਰੀਵਾਲ ਅਤੇ ਆਸ਼ੀਸ਼ ਖੇਤਾਨ ਨੇ ਮੇਰੇ ਤੋਂ ਉਸ ਕੇਸ 'ਚ ਮਾਫ਼ੀ ਮੰਗੀ ਆ। ਉਸ ਕੇਸ ਤੋਂ ਬਾਹਰ ਨਿਕਲ ਕੇ ਮੈਂ ਤੁਹਾਨੂੰ ਇੱਕ ਗੱਲ ਕਹੀ ਸੀ ਕਿ ਭਗਵੰਤ ਮਾਨ ਕੇਸ ਮੂੰਹ ਨਾਲ ਕੇਸ ਆਧਾਰ 'ਤੇ ਪੰਜਾਬ ਦੇ ਮੁੱਖ ਮੰਤਰੀ ਦੀ ਕੁਰਸੀ 'ਤੇ ਬੈਠਿਆ। ਇਹ ਜਿਹੜੀ ਇਲੈਕਸ਼ਨ ਹੋਈ ਆ, ਜਿੱਥੇ ਲੋਕਤੰਤਰ ਦੀਆਂ ਧੱਜੀਆਂ ਉਡਾਈਆਂ ਗਈਆਂ ਨੇ, ਐਮਰਜੈਂਸੀ ਵਾਲੇ ਹਾਲਾਤ ਪੈਦਾ ਕੀਤੇ ਗਏ, ਉੱਥੇ ਇਲੈਕਸ਼ਨ 'ਚ ਜਿੱਤ ਪੈਸੇ ਦੀ ਅਤੇ ਗੈਂਗਸਟਰ ਦੀ ਹੋਈ ਆ, ਹੋਰ ਕਿਸੇ ਦੀ ਨਹੀਂ ਹੋਈ। ਔਰ ਇਹ ਗੱਲ ਮੈਂ ਕਿਉਂ ਕਹਿ ਰਿਹਾ, ਮੇਰੇ ਕੋਲ ਘੱਟੋ ਘੱਟ ਨਹੀਂ ਤਾਂ ਇਹੋ ਜਿਹੇ 50-60 ਫੋਨ ਆਏ ਆ, ਮਗਰ ਤੁਸੀਂ ਇੱਕ ਗੱਲ ਤਾਂ ਅਪਰੀਸ਼ੀਏਟ ਕਰੋਗੇ ਕਿ ਸਾਰਿਆਂ ਦੀ ਰੀੜ ਦੀ ਹੱਡੀ 'ਚ ਇੰਨੀ ਜਾਨ ਨਹੀਂ ਹੁੰਦੀ ਕਿ ਗੈਂਗਸਟਰ ਦੇ ਖਿਲਾਫ਼ ਬੋਲ ਦੇਵੇ। ਔਰ ਬੜੀ ਹਿੰਮਤ ਚਾਹੀਦੀ ਹੁੰਦੀ ਹੈ, ਜਿਹੜਾ ਠੋਕ ਵਜਾ ਕੇ ਚਾਹੁੰਦਾ ਗੈਂਗਸਟਰ ਕਲਚਰ ਖਤਮ ਹੋਵੇ ਅਤੇ ਉਹਦੇ ਖਿਲਾਫ਼ ਆਵਾਜ਼ ਉਠਾਉਣਾ ਚਾਹੁੰਦਾ। ਅੱਜ ਮੈਂ ਤੁਹਾਨੂੰ ਇੱਕ ਸਪਸ਼ਟ ਉਦਾਹਰਣ ਲੈ ਕੇ ਆਇਆ ਕਿ ਹਾਲ ਵੇਖ ਲਓ ਸਰਕਾਰ ਦਾ ਕੀ ਹੈ। ਸ੍ਰੀ ਅੰਮ੍ਰਿਤਸਰ ਸਾਹਿਬ, ਗੁਰਦਾਸਪੁਰ, ਤਰਨ ਤਾਰਨ, ਮੈਨੂੰ ਲੱਗਦਾ ਇੰਨੀ ਤਾਂ ਭਗਵੰਤ ਮਾਨ ਦੇ ਆਖੇ ਸਰਬਸੰਮਤੀ ਨਹੀਂ ਹੋਈ ਜਿੰਨੀ ਜੱਗੂ ਭਗਵਾਨਪੁਰੀਏ ਦੇ ਆਖੇ ਇੱਕ ਤਰਫਾ ਫੈਸਲਾ ਆ ਗਿਆ। ਆ ਬਹਿਬਲ ਕਲਾਂ ਦੀ ਆ ਕੱਲ ਦੀ ਖਬਰ ਚੱਲ ਹੀ ਰਹੀ ਹੈ ਨਾ ਜੀ, ਬਹਿਬਲ ਕਲਾਂ ਪਿੰਡ ਜੀ 'ਚ ਲੱਗਿਆ, ਗੈਂਗਸਟਰ ਸਕੇਜ ਐਸਪਰੈਂਟਸ, ਨੋ ਪੇਪਰਸ ਫਾਈਲਡ ਇਨ ਬਹਿਬਲ ਕਲਾਂ। ਔਰ ਜਿਹੜੇ ਬੰਦੇ ਦਾ ਜ਼ਿਕਰ ਹੋ ਰਿਹਾ, ਇਹ ਕੈਟੇਗਰੀ ਗੈਂਗਸਟਰ ਹਰਸਿਮਰਨਦੀਪ ਸਿੰਘ ਏਲੀਅਸ ਸਿਮਾ ਬਹਿਬਲ, ਉਹ 'ਚ 30 ਕੇਸ ਨੇ ਜੀ, 30 ਜਾਂ ਪਤਾ ਨਹੀਂ 35। ਔਰ ਮੈਂ ਹੈਰਾਨ ਹੋ ਗਿਆ, ਅੱਗੇ SP ਦਾ ਅਤੇ SSP ਦਾ ਥੱਲੇ ਬਿਆਨ ਕੀ ਹੈ, ਉਹਨੂੰ ਕਿਸੇ ਨੇ ਪੁੱਛ ਲਿਆ ਪੱਤਰਕਾਰ ਵੀਰ ਨੇ ਕਿ ਦੱਸੋ ਇੱਥੇ ਕੋਈ ਕਾਗਜ਼ ਹੀ ਨਹੀਂ ਦਾਖਲ ਹੋਇਆ। ਆਹ ਮੈਂ ਆਹ ਚਿੱਠੀ ਲੈ ਕੇ ਆਇਆ ਜੈਤੋ ਦੀ, ਆ BDO ਦਫ਼ਤਰ ਦੀ ਚਿੱਠੀ, ਆ ਜਿਹੜਾ ਨੋਟੀਫਿਕੇਸ਼ਨ ਹੈ 4 ਤਰੀਕ ਦਾ, ਆਹ ਵੇਖੋ। ਬਹਿਬਲ ਕਲਾਂ ਅੱਗੇ ਅੱਜ ਪ੍ਰਾਪਤ ਨਾਮਜ਼ਦਗੀਆਂ 0000, ਮੈਂ ਹਾਈਲਾਈਟ ਕੀਤਾ, ਮੈਂ ਤੁਹਾਨੂੰ ਦੇ ਹੀ ਦਿੰਦਾ, ਤੁਸੀਂ ਕੀ ਇਹਨੂੰ ਕਿਹੜੀ ਫਰੀ ਐਂਡ ਫੇਅਰ ਇਲੈਕਸ਼ਨ ਸਮਝੋਗੇ? ਇਹ ਕਿਹੜਾ ਲੋਕਤੰਤਰ ਹੈ? ਐਡਾ ਵੱਡਾ ਨਗਰ ਹੋਵੇ ਔਰ ਉਸ ਨਗਰ 'ਚ ਜਿੱਥੋਂ ਕਈ ਉਹਦੇ ਆਲੇ ਦੁਆਲੇ ਕਈ ਵੱਡੇ ਵੱਡੇ ਪੁਲਿਸ ਦੇ ਅਫਸਰ ਜਿਸ ਨਗਰ ਨੂੰ ਬਿਲੋਂਗ ਕਰਦੇ ਆ ਜਾਂ ਨੇੜੇ ਦੇ ਨਗਰਾਂ ਨੂੰ ਬਿਲੋਂਗ ਕਰਦੇ ਆ, ਉਸ ਨਗਰ 'ਚ ਕੋਈ ਨਾਮਜ਼ਦਗੀ ਪੇਪਰ ਹੀ ਨਾ ਭਰਨ ਜਾਵੇ, ਅੰਦਾਜ਼ਾ ਲਾ ਕੇ ਵੇਖੋ ਉੱਥੇ ਪਿੰਡ ਦੇ ਹਾਲਾਤ ਕੀ ਆ। ਕਿ ਕਦੇ ਸੁਣਿਆ ਕਿ ਪਿੰਡ 'ਚ ਕੋਈ ਕਾਗਜ਼ ਨਾ ਭਰਨ ਜਾਵੇ? ਉਹੋ ਜਿਹਾ ਇੱਕ ਹੋਰ ਉਦਾਹਰਣ ਆ ਗਿਆ, ਆ ਵੀਡੀਓ ਤਾਂ ਵੇਖੀ ਆ, ਵਿਖਾਈ। ਇਹ ਕਰਾਉਣਗੇ ਫਰੀ ਐਂਡ ਫੇਅਰ ਇਲੈਕਸ਼ਨ? ਆ ਬੜੇ ਅਫਸੋਸ ਦੀ ਗੱਲ ਆ, ਜਿੱਥੇ ਮੈਂ ਇਸ ਪਰਿਵਾਰ ਨਾਲ ਦੁੱਖ ਸਾਂਝਾ ਕਰਦਾ, ਭਾਵੇਂ ਆਮ ਆਦਮੀ ਪਾਰਟੀ ਦਾ ਹੀ ਆ, ਸਰਬਸੰਮਤੀ ਨਾਲ ਬਣਿਆ ਸੀ ਸਰਪੰਚ, ਅੱਜ ਕੀ ਨਾਂ ਉਹਦਾ ਮੁੰਡੇ ਦਾ ਆਪਣੇ ਦਾ ਜਿਹੜਾ ਅੱਜ ਜਿਹਦੀ ਗੋਲੀ ਮਾਰ ਕੇ ਮਾਰਤਾ, ਰਾਜਵਿੰਦਰ, ਦੱਸੋ ਕਾਹਦੀ ਸਰਬਸੰਮਤੀ ਰਹਿ ਗਈ? ਆਹ ਲੋਅ ਐਂਡ ਆਰਡਰ ਦੇ ਹਾਲਾਤ ਨੇ। ਆਹ ਅਗਲੀ ਆਹ ਵੀਡੀਓ ਮੈਂ ਤੁਹਾਨੂੰ ਵਿਖਾਉਣੀ ਹੈ, ਭਾਵੇਂ ਤੁਹਾਨੂੰ ਪਹਿਲਾਂ ਵੀ ਆਈ ਹੈ, ਕਿੱਥੇ ਆ? ਅੱਜ ਛੱਡ ਗਈ।
ਆ ਇਹ ਜਿਹੜੇ ਬੀਬੀ ਜੀ ਨੇ ਇਹਦੇ 'ਚ ਸੁਣ ਇੱਕ ਮਿੰਟ ਯਾਰ ਰੋਕੀ ਨੀ ਫੋਟੋ 'ਤੇ ਨਾ ਰੋਕ ਲਓ ਮਿੱਤਰਾਂ ਨੇ ਲੈ ਲਈ ਸਰਪੰਚੀ ਵੱਲੀਏ ਅੱਗੇ ਡਾਂਸ ਹੋਣ ਡਿਆ ਅਤੇ ਸਰੋਪਾ ਕੌਣ ਪਾਉਣ ਡਿਆ ਆ ਇਹਨਾਂ ਦਾ ਆਮ ਆਦਮੀ ਪਾਰਟੀ ਦਾ ਜਿਹੜਾ ਇਲੈਕਸ਼ਨ ਲੜਿਆ ਜਿਹੜਾ ਅਨਮੋਲ ਹੀਰਾ ਕੇਜਰੀਵਾਲ ਸਾਹਿਬ ਅਤੇ ਭਗਵੰਤ ਮਾਨ ਦਾ ਉਹ ਸਰੋਪਾ ਕਿਹਨੂੰ ਪਾਉਣ ਡਿਆ ਜੱਗੂ ਭਗਵਾਨਪੁਰੀਏ ਦੇ ਭਰਾ ਨੂੰ ਕਿ ਜੱਗੂ ਭਗਵਾਨਪੁਰੀਏ ਦੀ ਮਾਤਾ ਇਹ ਸਾਹਮਣੇ ਖਲੋਤੀ ਆ ਆਹ ਮਾਤਾ ਖਲੋਤੀ ਆ ਉਹ ਮੁੰਡੇ ਦੇ ਪੈਣ ਦੇ ਹਾਰ ਅਤੇ ਆਹ ਅੱਗੇ ਉਹਨੂੰ ਚਲਾ ਯਾਰਾ ਬੁਲਾ ਜਿਹਨੂੰ ਆ ਰਿਹਾ ਉਹ ਆ ਗੁਰਦੀਪ ਸਿੰਘ ਇਹ ਮੈਨੂੰ ਲੱਗਦਾ ਇਹ ਉਹਨੇ ਨਹੀਂ ਚੜ੍ਹਾਈ ਆਪਦੇ ਫੇਸਬੁੱਕ 'ਤੇ ਕਿਹਨੇ ਚਲੋ ਨਹੀਂ ਜਿਹੜੀ ਗੀਤ ਗਾਉਣ ਡਿਆ ਉਹ ਕਿਹਨੇ ਚੜ੍ਹਾਈ ਆ ਇਹ ਡਿਲੀਟ ਹੋ ਗਈ ਵੈਸੇ ਚੜ੍ਹਾਈ ਉਹਨਾਂ ਨੇ ਹੁਣ ਮੈਨੂੰ ਇੱਕ ਗੱਲ ਭਗਵੰਤ ਮਾਨ ਦੱਸ ਦੇਵੇ ਕਿ ਇਹ ਜੱਗੂ ਭਗਵਾਨਪੁਰੀਆ ਜੇਲ੍ਹ 'ਚੋਂ ਬੈਠਿਆ ਹੁਣ ਬਣਾਓ ਫਿਰ ਇਹ ਅਗਲੀ ਵਾਰੀ ਮੈਨੂੰ ਲੱਗਦਾ ਟਿਕਟ ਇਹਨੂੰ ਦੇਣੀ ਹੈ ਤੁਸੀਂ ਇਹ ਵੀ ਤੁਹਾਡਾ ਅਨਮੋਲ ਹੀ ਰਹੀ ਆ ਜਿਹੜੇ ਫੈਸਲੇ ਕਰਾ ਰਿਹਾ ਤੇਰੇ ਆਖੇ ਤਾਂ ਹੁੰਦੀ ਨਹੀਂ ਛੇਤੀ ਕਿਤੇ ਸਰਚਮਤੀ ਤੇਰੇ ਆਖੇ ਤਾਂ ਸਾਰਿਆਂ ਨੇ ਚਾਰ ਬੰਦਿਆਂ ਨੇ ਜਾ ਕੇ ਕਾਗਜ਼ ਦਾਖਲ ਕਰਾ ਤੇ ਅੱਜ ਮੈਨੂੰ ਪਤਾ ਲੱਗਿਆ ਮਿੰਤ ਮੁੰਤ ਕਰਕੇ ਸ਼ਾਇਦ ਕੰਮ ਪਤਾ ਨਹੀਂ ਨੇੜੇ ਲੱਗਿਆ ਨਹੀਂ ਲੱਗਿਆ ਸਤੋਲ 'ਚ ਅਤੇ ਫਿਰ ਭਾਊ ਮੈਨੂੰ ਲੱਗਦਾ ਇਹਨੂੰ ਗੁਰੂ ਧਾਰ ਲੈ ਜਿਹਨੇ ਕਾਗਜ਼ ਹੀ ਨਹੀਂ ਬਹਿਬਲ ਕਲਾ ਕਈਆਂ ਨੇ ਦਾਖਲ ਹੋਣ ਦਿੱਤੇ ਜਾਂ ਆਹ ਪਿੰਡ 'ਚ ਭਗਵਾਨਪੁਰੀਏ ਪਿੰਡ 'ਚ ਕੀ ਹੋਇਆ ਅਗਲਾ ਉਦਾਹਰਣ ਉਹਦਾ ਕੀ ਹੈ ਆਹ ਹਾਈ ਕੋਰਟ ਦੇ ਆਰਡਰ ਹੈ ਜੀ ਆ ਮੈਂ ਆਰਡਰ ਦੀ ਤਰੀਕ ਦੇ ਦਿਆਂ ਤੁਹਾਨੂੰ ਸੀ ਆਰ ਐੱਮ ਐੱਮ 4586420023 ਡਿਸਾਈਡਿਡ 6/2/24 ਕਿੰਨੇ ਮਹੀਨੇ ਹੋਏ ਜੀ 6-8 ਮਹੀਨੇ ਹੋਏ ਆ ਆਰਡਰ ਆਏ ਨੂੰ ਇਹ ਬਲਵਿੰਦਰ ਸਿੰਘ ਦੇ ਖਿਲਾਫ ਹੈ ਆ ਇੱਕ ਮਿੰਟ ਬੜੇ ਧਿਆਨ ਨਾਲ ਸੁਣਿਓ ਇਹ ਉਹ ਕੇਸ ਆ ਬੈਠਿਆ ਇੱਕ ਤੁਹਾਨੂੰ ਯਾਦ ਹੋਣਾ 2019 'ਚ ਮੈਂ ਇਹ ਵੀ ਦੇ ਰਿਹਾ ਤੁਹਾਨੂੰ ਇੱਕ ਸਾਡਾ ਬੜਾ ਹਿੰਮਤੀ ਵਰਕਰ ਸੀ ਸਰਪੰਚ ਰਿਹਾ ਲੰਮਾ ਸਮਾਂ 10 ਸਾਲ ਸਰਪੰਚ ਰਿਹਾ ਚੇਅਰਮੈਨ ਰਿਹਾ ਸਾ ਦਲਵੀਰ ਸਿੰਘ ਢਿੱਲਵਾਂ ਉਹਦਾ ਕਤਲ ਕਰਤਾ ਗਿਆ ਸੀ ਔਰ ਜਿਨ੍ਹਾਂ ਨੇ ਕਤਲ ਕੀਤਾ ਸੀ ਉਸ ਵੇਲੇ ਵੀ ਆਹ ਧਰਨੇ ਲੱਗੇ ਸੀ ਆ ਮੈਂ ਪੁਰਾਣੀ ਫੇਸਬੁੱਕ ਪੋਸਟਾਂ ਕੱਢ ਕੇ ਲਿਆ ਜਿਹਦੇ 'ਚ ਕਿਉਂਕਿ ਜੱਗੂ ਭਗਵਾਨਪੁਰੀਏ ਦੇ ਖਿਲਾਫ਼ ਗੁਰਦਾਸਪੁਰ ਅਤੇ ਚੰਡੀਗੜ੍ਹ ਪ੍ਰਧਾਨ ਸਭਾ 'ਚ ਤੱਕ ਰੌਲਾ ਪੈ ਗਿਆ ਸੁੱਖੀ ਰੰਧਾਵੇ ਦੇ ਖਿਲਾਫ਼ ਤੁਹਾਨੂੰ ਯਾਦ ਹੋਣਾ ਇੱਕ ਦੀ ਮਾਤਾ ਨੇ ਪਿੱਟ ਸਿਆਪਾ ਕੀਤਾ ਸੀਗਾ ਜੇ ਉੱਥੇ ਬਟਾਲੇ ਪੁਲਿਸ ਲਾਈਨ ਦੇ ਬਾਹਰ ਕਿਉਂਕਿ ਅਸੀਂ ਇਸ ਕਿਸਮ ਨਾਲ ਉਹਦੀ ਘੇਰਾਬੰਦੀ ਕੀਤੀ ਸੀ ਉਸ ਕੇਸ 'ਚ ਇਹਨੇ ਦਲਵੀਰ ਢਿੱਲਵਾਂ ਨੂੰ ਮਾਰਿਆ ਸੀ ਜਿਨ੍ਹਾਂ ਬੰਦਿਆਂ ਨੇ ਮਾਰਿਆ ਸੀ ਉਹਨਾਂ 'ਤੇ ਜੱਗੂ ਭਗਵਾਨਪੁਰੀਆ ਅਤੇ ਉਹਦੇ ਸਾਥੀ ਆ ਬਲਵਿੰਦਰ ਸਿੰਘ ਜਿਹੜਾ ਆ ਰਿੱਟ 'ਚ ਆ ਉਹ 4.5 ਸਾਲ ਤੋਂ ਵੱਧ ਸਮਾਂ ਅੰਦਰ ਰਹੇ ਆਹ ਉਹਦੀ ਫੋਟੋ ਹੈ ਔਰ ਹਾਈ ਕੋਰਟ ਦਾ ਆਰਡਰ ਕੀ ਕਹਿੰਦਾ ਮੈਂ 2 ਲਾਈਨਾਂ ਪੜ੍ਹ ਦਿਆਂ ਬਾਕੀ ਆਰਡਰ ਤੁਹਾਨੂੰ ਦੇ ਦੂੰਗਾ ਦ ਪਟੀਸ਼ਨਰ ਵੁੱਡ ਨਾਟ ਐਂਟਰ ਡਿਸਟ੍ਰਿਕਟ ਗੁਰਦਾਸਪੁਰ ਟਿਲ ਦੀ ਐਗਜ਼ਾਮੀਨੇਸ਼ਨ ਆਫ ਦ ਆਫਰ ਮੈਂਸ਼ਨ 2 ਮਟੀਰੀਅਲ ਵਿਟਨੈਸਿਸ ਨੇਮਲੀ ਲਖਵਿੰਦਰ ਸਿੰਘ ਐਂਡ ਰਣਜੋਤ ਸਿੰਘ ਉਹਨਾਂ ਦੀ ਜਦ ਤੱਕ ਕ੍ਰੋਸ ਐਗਜ਼ਾਮੀਨੇਸ਼ਨ ਨਹੀਂ ਹੋ ਜਾਂਦੀ ਜਿਹੜੇ ਇਹਨਾਂ ਦੇ ਪਰਿਵਾਰ ਦੇ ਜੀ ਨੇ ਇਹ ਢਿੱਲਵਾਂ ਸਾਹਿਬ ਦੇ ਛੋਟੇ ਭਾਈ ਸਾਹਿਬ ਨੇ ਅਤੇ ਤੁਸੀਂ ਆਹ ਵੇਖ ਲਓ ਪੁਲਿਸ ਦਾ ਹਾਲ
ਹਾਈ ਕੋਰਟ ਦੀ ਵੀ ਆ ਧੱਜੀਆਂ ਉਡਾਈਆਂ ਜਾ ਰਹੀਆਂ ਆ ਪੀਲੀ ਪੱਗ ਚ। ਬਲਵਿੰਦਰ ਸਿੰਘ ਹਾਈ ਕੋਰਟ ਤੋਂ ਆਇਆ ਵਾ ਜ਼ਮਾਨਤ, ਇਹਨੂੰ ਜ਼ਿਲ੍ਹੇ ਤੋਂ ਬਾਹਰ ਹੋਣ ਦਾ ਹੁਕਮ ਆ ਤੇ ਇਹ ਬੰਦਾ ਇਲੈਕਸ਼ਨ ਦੇ ਵਿੱਚ ਭਾਗ ਲੈ ਰਿਹਾ। ਸ਼ਰੇਆਮ ਸਾਰੇ ਪਿੰਡ ਦੇ ਨਾਲ ਉਹ ਕਾਗਜ਼ ਦਾਖਲ ਕਰਾਉਂਦਾ ਫਿਰ ਰਿਹਾ ਔਰ SSP ਨੂੰ ਆਲਾ ਪੁਲਿਸ ਅਫਸਰਾਂ ਨੂੰ ਮੈਂ ਪਹਿਲੇ ਦਿਨ ਕਿਹਾ, ਮੈਂ ਕਿਹਾ ਜੀ ਵੈਪਨ ਜ਼ਬਤ ਕਰਾ ਦਿਓ ਸਾਰਿਆਂ ਦੇ ਔਰ ਇਨਸ਼ੋਰ ਕਰੋ ਜੇ ਤੁਸੀਂ ਫਰੀ ਐਂਡ ਪੀਸਫੁਲ ਇਲੈਕਸ਼ਨ ਚਾਹੁੰਦੇ ਹੋ, ਕੋਈ ਵਾਇਲੈਂਸ ਨਹੀਂ ਚਾਹੁੰਦੇ ਅਤੇ ਜਿੱਥੇ ਜੇ ਕੋਈ ਮਾੜੇ ਕ੍ਰਿਮੀਨਲ ਐਲੀਮੈਂਟਸ ਹੈ ਉਹਨਾਂ ਨੂੰ ਫੜ ਕੇ ਅੰਦਰ ਦਿਓ ਔਰ ਸਾਰੇ ਅਸਲਾ ਜ਼ਬਤ ਹੋਵੇ। ਇੱਥੇ ਤਾਂ ਹਾਈ ਕੋਰਟ ਦੇ ਆ ਜੱਜ ਸਾਹਿਬ ਦੇ ਆਰਡਰ ਨੇ, ਹਰਕੇਸ਼ ਮਨੂਜਾ ਸਾਹਿਬ ਦੇ, ਜਿਨ੍ਹਾਂ ਦੀਆਂ ਧੱਜੀਆਂ ਉਡਾਈਆਂ ਜਾਣ ਦੀਆਂ ਨੇ। ਬਲਵਿੰਦਰ ਸਿੰਘ ਨੂੰ ਤਾਂ ਕਿਹਾ ਕਿ ਤੂੰ ਜ਼ਿਲ੍ਹੇ 'ਚ ਨਹੀਂ ਵੜ ਸਕਦਾ ਅਤੇ ਉਹ ਕਾਗਜ਼ ਦਾਖਲ ਕਰਾਉਂਦਾ ਫਿਰਦਾ, ਅੱਜ ਉਹਦਾ ਸਿੱਟਾ ਕੱਢ ਲਓ ਕੀ ਨਿਕਲਿਆ ਕਿ ਕੱਲ੍ਹ ਇਹਨੂੰ ਫਿਰ ਜੱਗੂ ਦਾ ਫੋਨ ਆ ਗਿਆ। ਹੁਣ ਦੱਸ ਦੇ ਤੂੰ ਆਪ ਦੇ ਮੂੰਹ ਦੱਸ ਇਹਨਾਂ ਨੂੰ ਕੀ ਹੋਇਆ ਕੀ ਤੇਰੇ ਨਾਲ। ਕੱਲ੍ਹ ਸਰ ਪਹਿਲੇ ਤਾਂ 4 ਤਰੀਕ ਨੂੰ ਮੈਂ ਕਾਗਜ਼ ਨਾਮਜ਼ਦ ਕਰਾਉਣ ਵਾਸਤੇ ਗਿਆ, ਉੱਥੇ ਮੇਜਰ ਸਿੰਘ ਜੋ ਕਿ ਜੱਗੂ ਦਾ ਉਮੀਦਵਾਰ ਸੀਗਾ ਉਹ 40-50 ਬੰਦੇ ਲੈ ਕੇ ਸਾਡੇ ਗਲ ਪਿਆ। ਕਾਗਜ਼ ਦਾਖਲ ਕਰਾਉਣ ਤੋਂ ਬਾਅਦ ਜਦੋਂ ਅਸੀਂ ਨਿਕਲੇ, 4 ਹਵਾਈ ਫਾਇਰ ਵੀ ਉਹਨਾਂ ਨੇ ਕੀਤੇ। ਮੈਂ ਮਾਨਯੋਗ ਡਿਪਟੀ ਸਾਹਿਬ ਨੂੰ ਫੋਨ ਕਰਕੇ ਬੁਲਾਇਆ ਅਤੇ ਉਹਨਾਂ ਨੂੰ ਦੱਸਿਆ ਵੀ ਇੱਥੇ ਫਾਇਰ ਹੋਏ ਆ 4 ਜੀ। ਡਿਪਟੀ ਕਿਹੜੇ ਨੂੰ ਦੱਸੋ? ਡਿਪਟੀ ਡੇਰਾ ਬਾਬਾ ਨਾਨਕ ਜੀ ਔਰ SDM ਵੀ ਉੱਥੇ ਮੌਕੇ ਦੇ ਉੱਤੇ ਆਏ। ਉਹਨਾਂ ਦਾ ਉਹ ਮੰਨਣਾ ਹੀ ਨਹੀਂ ਸੀਗਾ ਵੀ ਇੱਥੇ ਫਾਇਰ ਹੋਏ ਆ। ਉਹ ਬਾਹਰੋਂ ਜਾ ਕੇ 4 ਕੁ ਪਟਾਕੇ, ਆਮ ਅੱਜ ਕੱਲ੍ਹ ਦੀਵਾਲੀ ਦਾ ਤਿਉਹਾਰ ਚੱਲ ਰਿਹਾ ਵਾ, ਪਟਾਕੇ ਲਿਆ ਕੇ ਲਿਫਾਫੇ 'ਚ ਪਾ ਕੇ ਕਹਿੰਦੇ ਬਾਹਰ ਤਾਂ ਇੱਕ ਛੋਟਾ ਜਿਹਾ ਬੱਚਾ ਪਟਾਕੇ ਚਲਾ ਰਿਹਾ ਸੀਗਾ, ਕੋਈ ਫਾਇਰ ਨਹੀਂ ਹੋਇਆ, ਆਹ ਪਟਾਕੇ ਚੱਲ ਰਹੇ ਆ ਜੀ। ਉਸ ਤੋਂ ਬਾਅਦ ਸਰ ਡਿਪਟੀ ਹੋਣ ਦੇ ਹੁਕਮਾਂ ਦੇ ਕਰਕੇ ਆਪਣਾ SSO ਡੇਰਾ ਬਾਬਾ ਨਾਨਕ ਮੈਨੂੰ ਘਰ ਛੱਡ ਕੇ ਗਿਆ। ਮੇਰੇ ਨਾਲ ਜਿਹੜੇ ਕਾਗਜ਼ ਭਰਨ ਵਾਸਤੇ ਗਏ ਸੀ ਮੇਰੇ ਵਰਕਰ, ਮੈਂ ਉਹਨਾਂ ਨੂੰ, ਅਸੀਂ ਬਾਹਰ ਡੇਰੇ 'ਤੇ ਰਹਿੰਦੇ ਹਾਂ ਜੀ, ਮੈਂ ਉਹਨਾਂ ਨੂੰ ਘਰ ਆਪਣਾ ਪਿੰਡ 'ਚ ਛੱਡਣ ਵਾਸਤੇ ਗਿਆ। ਮੇਰਾ ਵਾਪਸੀ ਉਹਨਾਂ ਨੇ ਰਸਤਾ ਰੋਕਿਆ, ਮੇਰੀਆਂ ਗੱਡੀਆਂ 'ਤੇ ਇੱਟਾ ਰੋੜਾ ਚਲਾਇਆ। ਫਿਰ ਮੈਂ ਕੋਟਲੀ ਸੂਰਤਮਲੀ SHO ਨੂੰ ਫੋਨ ਕੀਤਾ, ਉੱਥੋਂ 2 ਮੁਲਾਜ਼ਮ ਆਏ, ਉਹਨਾਂ ਨੇ ਰਸਤਾ ਮੇਰਾ ਸਾਫ਼ ਕਰਵਾ ਕੇ ਮੈਨੂੰ ਘਰ ਪਹੁੰਚਾਇਆ। ਇਹ 4 ਤਰੀਕ ਦੀ ਗੱਲ ਹੈ ਜੀ? 4 ਤਰੀਕ ਦੀ ਗੱਲ। ਹੁਣ ਕੱਲ੍ਹ ਦੀ ਗੱਲ ਦੱਸ ਦੇ, ਕਿਉਂ ਤਾਂ ਆਓ ਕੱਲ੍ਹ ਦੱਸ ਕੀ ਹੋਇਆ। ਇਹ ਉਹ ਬੰਦਾ ਹੈ ਜਿਹਨੂੰ ਹਾਈ ਕੋਰਟ ਨੇ ਸਿਕਿਉਰਿਟੀ ਦਿੱਤੀ ਆ, ਬਿਕੋਜ਼ ਇਹ ਚਸ਼ਮਦੀਦ ਗਵਾਹ ਆਪਦੇ ਬ੍ਰਦਰ ਦੇ ਮਰਡਰ ਕੇਸ 'ਚ ਇਹਨੇ ਉਸ ਵੇਲੇ ਧਰਨਾ ਲਾਇਆ ਅਤੇ ਗਵਾਹੀਆਂ ਦਿੱਤੀਆਂ ਇਹ ਅਤੇ ਇਹਦੇ ਭਾਈ ਸਾਹਿਬ ਨੇ ਜੱਗੂ ਦੇ ਖਿਲਾਫ਼ ਔਰ ਆਹ ਬਲਵਿੰਦਰ ਸਿੰਘ ਜਿਹੜੇ ਇਹਨਾਂ ਦੇ ਪਿੰਡ ਵਾਲੇ ਆ ਉਹਨਾਂ ਦੇ ਖਿਲਾਫ਼। ਉਹ ਜਿੱਥੇ ਹਾਈ ਕੋਰਟ ਦੀ ਆਰਡਰ ਦੀ ਉਲੰਘਣਾ ਕਰਕੇ ਪਿੰਡ 'ਚ ਫਿਰਦੇ ਆ, ਨਾਮਜ਼ਦਗੀਆਂ ਦਾਖਲ ਕਰਦੇ ਫਿਰਦੇ, ਜਿੱਥੇ ਪੂਰਾ ਸਿਕਿਉਰਿਟੀ ਦਾ ਪ੍ਰਬੰਧ ਹੈ। ਅੱਜ ਉਹਨਾਂ ਨੇ ਨਵਾਂ ਕੰਮ ਕੀਤਾ, ਇਸ ਪਿੰਡ 'ਚ ਵੀ ਕੋਈ ਸਰਪੰਚੀ ਨਹੀਂ ਹੋ ਰਹੀ। ਉਹ ਜਿਹੜਾ ਸਰਪੰਚ SC ਸਰਪੰਚ ਸੀ, SC ਭਾਈਚਾਰੇ ਦਾ, ਆਹ ਉਹਨੇ ਫੋਟੋ ਲਵਾਈ ਸੋਨੂ ਨਾਲ, ਆਹ ਖਲੋਤਾ, ਆਹ ਉਹਦੇ ਕਾਗਜ਼ ਨੇ ਜੀ, ਰਸੀਦ ਉਹ ਸਰਪੰਚ ਦੀ ਕਿ ਉਹਨੇ ਕਾਗਜ਼ ਦਾਖਲ ਕੀਤੇ ਆ। ਆਹ ਜਿਸ ਦਿਨ ਕਾਗਜ਼ ਦਾਖਲ ਕਰਾਉਣ ਗਿਆ ਆਹ ਖਲੋਤਾ ਸੋਨੂ, ਆਹ ਮੇਰਾ ਵੀਰ ਖਲੋਤਾ ਢਲਵਾ ਸਾਹਿਬ ਦਾ ਭਰਾ, ਸਾਰੇ ਕਾਗਜ਼ ਦਾਖਲ ਕਰਾ ਕੇ ਆਏ ਆ, ਖੁਸ਼ੀ ਖੁਸ਼ੀ ਰਸੀਟ ਲਿੱਤੀ, ਇਹਨਾਂ ਨਾਲ ਰਿਹਾ ਰਾਤ 8 ਵਜੇ ਤੱਕ। ਅੱਜ ਹੁਣ ਪਤਾ ਲੱਗਿਆ ਕਿ ਭਾਈ ਉਹਦੇ ਹੁਣ ਤਾਂ ਜੱਗੂ ਚੁੱਕ ਕੇ ਲੈ ਗਿਆ। ਹੁਣ ਤੁਸੀਂ ਕਹੋਗੇ ਜੱਗੂ ਤਾਂ ਜੇਲ੍ਹ 'ਚ ਆ, ਜੱਗੂ ਦੀ ਮਾਤਾ ਇੱਥੇ ਫਿਰਦੀ ਆ, ਜੱਗੂ ਦਾ ਸਾਰਾ ਟੱਬਰ ਇੱਥੇ ਫਿਰਦਾ, ਜੱਗੂ ਦਾ ਟੱਬਰ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਉਹਨੂੰ ਸਰਪੰਚ ਬਣਾਉਣ ਦੀ ਆ, ਉਹਨੂੰ VIP ਸਹੂਲਤ ਦੇ ਰਹੀ ਆ। ਜੇ ਇਸ ਬੰਦੇ ਨੂੰ ਪੁਲਿਸ ਦਾ ਖੌਫ ਹੀ ਨਹੀਂ ਰਹਿ ਗਿਆ ਅਤੇ ਟੌਰ ਨਾਲ ਉਹ ਸਰਪੰਚੀਆਂ ਲੈ ਰਿਹਾ ਅਤੇ ਉੱਥੇ ਭੰਗੜੇ ਪਾਉਣ ਡੇ ਆ,
ਤੇ ਤੁਸੀਂ ਸਮਝ ਸਕਦੇ ਹੋ ਉਹਨਾਂ ਨੂੰ ਕਿਸੇ ਚੀਜ਼ ਦਾ ਭੈ ਰਹਿ ਗਿਆ ਹੋਊਗਾ। ਅੱਜ ਇਸ ਜਿਹੜਾ ਇਹ ਖਲੋਤਾ ਸੀ ਲਖਬੀਰ ਸਿੰਘ ਪੁੱਤਰ ਮੁਖਤਾਰ ਸਿੰਘ ਜਿਹੜਾ ਸਰਪੰਚ ਬਣ ਗਿਆ ਸੀ ਉਹਦੇ ਵੀ ਇਕੱਲਾ ਹੀ ਸੀ ਕਿਉਂਕਿ ਉੱਥੇ ਇਹ ਰਹਿ ਗਿਆ ਸੀ ਇਕੱਲਾ, ਉਹਨੂੰ ਚੁੱਕ ਕੇ ਹੀ ਲੈ ਗਏ, ਉਹਦੇ ਕਾਗਜ਼ ਅੱਜ ਵਾਪਸ ਕਰਾ ਤੇ ਉਹ ਪਿੰਡ 'ਚ ਵੀ ਗਈ ਸਰਪੰਚੀ, ਕੋਈ ਰਹੀ ਨਹੀਂ ਗਿਆ ਸਰਪੰਚ। ਅੱਗੇ ਗੱਲ ਇਹ ਸੁਣ ਲਓ ਕੱਲ੍ਹ ਜੱਗੂ ਕੀ ਕਹਿੰਦਾ ਇਹਨਾਂ ਨੂੰ ਫੋਨ ਕਰਕੇ। ਕੱਲ੍ਹ ਸਰ 4 ਵਜੇ ਨਾ ਇੱਕ ਪੈਸ਼ਨ ਮੋਟਰਸਾਈਕਲ ਦੇ ਉੱਤੇ ਉਹਦੀ ਕੋਈ ਨੰਬਰ ਪਲੇਟ ਨਹੀਂ ਹੈਗੀ, ਮੈਂ ਉਹ ਬੰਦੇ ਨੂੰ ਚਿਹਰਾ ਨਹੀਂ ਪਛਾਣਦਾ ਬਾਹਰ ਦਾ ਹੀ, ਕਦੇ ਉਹ ਮੇਰੇ ਘਰ ਆਣ ਕੇ ਮੇਰੇ ਨੌਕਰ ਨੂੰ ਕਹਿੰਦਾ ਵੀ ਆਪਣੇ ਸਰਦਾਰ ਨੂੰ ਘਰੋਂ ਬੁਲਾ ਇੱਥੇ ਹੀ, ਉਹ ਕਹਿੰਦਾ ਜੀ ਇੱਥੇ ਆ। ਮੈਨੂੰ ਬੁਲਾਇਆ ਗਿਆ, ਮੈਨੂੰ ਉਹਨੇ ਆਉਂਦਿਆਂ ਮੈਨੂੰ ਫੋਨ ਦਿੱਤਾ, ਕਹਿੰਦਾ ਗੱਲ ਕਰੋ ਫੋਨ ਦੇ ਉੱਤੇ। ਮੈਂ ਕੌਣ ਆ? ਕਹਿੰਦਾ ਤੂੰ ਗੱਲ ਕਰ ਲਾ ਇੱਕ ਵਾਰੀ। ਮੈਂ ਗੱਲ ਫੋਨ ਦੇ ਉੱਤੇ ਕੀਤੀ, ਕਹਿੰਦਾ ਮੈਂ ਜੱਗੂ ਭਗਵਾਨਪੁਰੀਆਂ ਬੋਲਦਾ, ਤੈਨੂੰ 2019 ਵਾਲੇ ਦਿਨ ਭੁੱਲ ਗਏ ਆ, ਤੇਰਾ ਕਿੱਡਾ ਵੱਡਾ ਨੁਕਸਾਨ ਹੋਇਆ, ਤੂੰ ਫਿਰ ਅੱਜ ਸਰਪੰਚੀਆਂ ਭਾਲਦਾ ਫਿਰਦਾ। ਆਪਣੇ ਬੰਦੇ ਨੂੰ ਕਹਿ ਵੀ ਆਪਣੇ ਕਾਗਜ਼ ਵਾਪਸ ਲੈ ਲੈ ਸਿਰੇ ਨੂੰ, ਅਤੇ ਪਰ ਇਹਦਾ ਅਸਰ ਜਿਹੜਾ ਆ ਬਹੁਤ ਮਾੜਾ ਹੋਊਗਾ। ਬਸ ਇੰਨੀ ਗੱਲ ਕੀਤੀ, ਉਹ ਬੰਦੇ ਨੇ ਮੋਟਰਸਾਈਕਲ ਸਟਾਰਟ ਰੱਖਿਆ, ਨਾਲ ਦੇ ਨਾਲ ਹੀ ਮੋਟਰਸਾਈਕਲ ਲੈ ਕੇ ਨਿਕਲ ਗਿਆ ਜੀ। ਇਹ ਕੱਲ੍ਹ ਸ਼ਾਮ ਦੀ ਗੱਲ ਆ, ਉਹ ਤੋਂ 8 ਵਜੇ ਤੋਂ ਬਾਅਦ ਬੰਦਾ ਗਾਇਬ, ਅੱਜ ਪਤਾ ਲੱਗਿਆ ਕਿ ਉਹਦਾ ਪੇਪਰ ਉਹਨੇ ਵਾਪਸ ਲੈ ਲਏ। ਤੁਸੀਂ ਮੈਨੂੰ ਇਹ ਦੱਸੋ, ਜਦੋਂ ਇਸ ਇਹ ਕੈਟੇਗਰੀ ਦੇ ਗੈਂਗਸਟਰ ਜਿਨ੍ਹਾਂ 'ਤੇ 200 ਪਰਚੇ ਦਰਜ ਹੈ, ਉਹ ਜੇਲ੍ਹਾਂ 'ਚੋਂ ਫੋਨ ਕਰੀ ਜਾ ਰਿਹਾ, ਇਹ ਸਰਕਾਰ ਤੋਂ ਪਰਚਾ ਨਹੀਂ ਦਰਜ ਹੋ ਰਿਹਾ? ਅੱਜ ਤੋਂ 10 ਦਿਨ ਪਹਿਲਾਂ ਤਰਨ ਤਾਰਨ SSP ਨੂੰ ਮੈਂ ਇੱਕ ਸ਼ਿਕਾਇਤ ਦੇ ਕੇ ਆਇਆ, ਜਿੱਥੇ ਜੱਗੂ ਭਗਵਾਨਪੁਰੀਏ ਦਾ ਫੋਨ ਆਇਆ, ਉਹ ਵੀ ਮੈਂ ਬੜੀ ਛੇਤੀ ਜਨਤਕ ਕਰੂੰਗਾ। ਉਹ ਉੱਤੇ ਚੰਡੀਗੜ੍ਹ ਤੱਕ ਸ਼ਿਕਾਇਤ ਗਈ ਆ। ਤੁਸੀਂ ਕਾਰਵਾਈ ਕਿਉਂ ਨਹੀਂ ਕਰ ਰਹੇ? ਤੁਸੀਂ ਉਹਨੂੰ ਪ੍ਰੋਟੈਕਟ ਕਿਉਂ ਕਰ ਰਹੇ ਹੋ? ਔਰ ਉਹ ਇੱਕ ਹਲਕੇ 'ਚ ਨਹੀਂ, ਮੇਰੇ ਹਲਕੇ 'ਚ ਵੀ ਮੈਂ ਬੜੀ ਛੇਤੀ ਉਹ ਪਰੂਫ ਵੀ ਰਿਲੀਜ਼ ਕਰੂੰਗਾ, ਜਿੱਥੇ ਮੈਨੂੰ ਇਹ ਕਿਹਾ ਗਿਆ ਕਿ ਉਹਦੀ ਮਾਤਾ ਇੱਕ ਪਿੰਡ 'ਚ 15 ਲੱਖ ਰੁਪਏ ਲੈਣ ਆਈ ਹੈ। ਜਦ ਉਹਨਾਂ ਨੂੰ ਇੰਨੀ ਸਰਪ੍ਰਸਤੀ, ਇੰਨੀ ਪ੍ਰੋਟੈਕਸ਼ਨ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਰਹੀ ਹੈ, ਤਾਂ ਤੁਸੀਂ ਮੰਨ ਸਕਦੇ ਹੋ ਕਿ ਫਿਰ ਦੂਜਿਆਂ ਨੂੰ ਕਾਹਦੀ ਸੇਫਟੀ ਐਂਡ ਸਿਕਿਉਰਿਟੀ ਰਹਿ ਜੂ? ਫਿਰ ਤਾਂ ਮਨਮਰਜ਼ੀ ਕਰਨਗੇ। ਪੁਲਿਸ ਉਹਨਾਂ ਤੋਂ ਡਰਨ ਲੱਗ ਗਈ ਹੈ ਕਿ ਇਹਨਾਂ ਨੂੰ ਤਾਂ ਭਾਈ ਸਰਕਾਰ ਇਹਨਾਂ ਦੇ ਨਾਲ ਹੈ। ਅੱਜ ਇਹੀ ਕਾਰਨ ਹੈ, ਅੱਜ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਕਿ ਉਹ ਸਰਪੰਚ ਵੀ ਅੱਜ ਉੱਥੇ ਪੱਟੀ 'ਚ ਮਾਰਤਾ। ਪੱਟੀ ਹਲਕਾ ਕਿਹਦਾ ਜੀ? ਵਜ਼ੀਰ ਸਾਹਿਬ ਦਾ। ਅਤੇ ਤੁਸੀਂ ਕਿੱਥੋਂ ਕਹਿ ਸਕਦੇ ਹੋ ਕਿ ਜਿਹੜੀ ਮੁੱਢਲੀ ਜਿਹੜੀ ਡੈਮੋਕਰੇਸੀ ਦੀ ਪਹਿਲਾ ਸਟੈਪ ਹੈ ਪੰਚਾਇਤੀ ਚੋਣਾਂ, ਜੇ ਉੱਥੇ ਹਾਲਾਤ ਬਣੇ ਪਏ ਹੈ ਤਾਂ ਕਿਹੜਾ ਲੋਕਤੰਤਰ ਅਤੇ ਕਿਹੜੀ ਕਾਰਵਾਈ? ਫਿਰ ਜਿੱਥੇ 1.5-2 ਸਾਲ ਨਹੀਂ ਕਰਾਈ ਸੀ ਸਰਪੰਚੀ, ਹੁਣ ਵੀ ਕਰੇ ਬੈਠੇ ਫੈਸਲਾ ਦੇ ਦਿੰਦੇ, ਖਰਚੇ ਤੋਂ ਤਾਂ ਬਚ ਜਾਂਦੇ।